ਬਿਆਨਬਾਜ਼ੀਆਂ ਕੁਛੀਆਂ ਨੇ ਕੱਲ ਜਸਵੰਤ ਭਾਟਾ ਨਾਮਕ ਵਿਅਕਤੀ ਦੀ ਸਰਕਾਰ ਵੱਲ ਦੀ ਪੱਗ ਬਾਰੇ ਬਿਆਨ ਅੱਜ ਪੀਰ ਮੁਹੰਮਦ ਦਾ ਉਹਨਾਂ ਦੇ ਜਿਹੜਾ ਹੈਗਾ ਇਹ ਕਹਿੰਦਾ ਪੀ ਇਹ ਤੇ ਦਿਮਾਗ ਖਿਲ ਚੁੱਕਾ ਹੈ ਇਸ ਦਾ ਦੀ ਸਟੇਟਮੈਂਟ ਇਹ ਉਹੀ ਲੋਕ ਨੇ ਜਿਨ੍ਹਾਂ ਨੇ 1984 ਤੋਂ ਲੈ ਕੇ 1995 ਤੱਕ ਟੌਟ ਗਿਰੀਆਂ ਕਰਕੇ ਸਾਡੇ ਸਿੱਖ ਮੁੰਡਿਆਂ ਦੀ ਜਿਹੜੀ ਨਸਲ ਕੁਸ਼ੀ ਕਰਾਈ ਸਾਡੇ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਏ ਮੈਨੂੰ ਲੱਗਦਾ ਇਹੋ ਜਿਹੇ ਜਿਹੜੇ ਟੌਟ ਸਰਕਾਰਾਂ ਦੇ ਛੱਡੇ ਹੋਏ ਨੇ ਇਹ ਸਿਰਫ ਪੰਜਾਬ ਦੇ ਵਿੱਚ ਇੱਕ ਅੱਗ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਇਹ ਜਿਹੜੀ ਦਸਤਾਰ ਆ ਇਹ ਦਸਤਾਰ ਕਿਸੇ ਨਿੱਜੀ ਬੰਦੇ ਦੀ ਨਹੀਂ ਹੈਗੀ ਇਸ ਕੌਮ ਦੀ ਦਸਤਾਰ ਕਰਨਲ ਸਿੰਘ ਜੀ ਨੂੰ ਆਪਣਾ ਜਿਹੜਾ ਦਿਮਾਗੀ ਸੰਤੁਲਨ ਉਹ ਮੇਂ ਲੱਗਦਾ ਉਹਨਾਂ ਦਾ ਵਿਗੜ ਚੁੱਕਿਆ ਉਹਨਾਂ ਨੂੰ ਇਲਾਜ ਕਰਵਾ ਲੈਣਾ ਚਾਹੀਦਾ ਕਿ ਉਹ ਸੱਪ ਨੇ ਜਿਹੜੀ ਕੌਮ ਦੀ ਬੁੱਕਲ 'ਚ ਬੈਠੇ ਰਹੇ ਨੇ ਬੀਜੇਪੀ ਤੇ ਆਰਐਸਐਸ ਦੇ ਥੱਲੇ ਲੱਗ ਕੇ ਸਾਡਾ ਅਕਾਲ ਤਖਤ ਸਾਹਿਬ ਦੇ ਜਿਹੜੇ ਹੁਕਮਨਾਮੇ ਨੇ ਨਾਗਪੁਰ ਤੋਂ ਬਾਦਲਾਂ ਦੇ ਘਰ ਪਹੁੰਚਦੇ ਨੇ ਬਾਦਲ ਫਿਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬੰਦੇ ਨੂੰ ਕੋਈ ਵੀ ਕਿਸੇ ਤਰ੍ਹਾਂ ਦਾ ਇਸ ਤਰ੍ਹਾਂ ਦੀ ਸ਼ਰਾਰਤ ਕਰ ਦਿੰਦਾ ਤੇ ਪੰਜਾਬ ਦੇ ਵਿੱਚ ਜੇ ਕੋਈ ਹਾਲਾਤ ਵਿਗੜਦੇ ਨੇ ਤੇ ਜ਼ਿੰਮੇਵਾਰ ਕੌਣ ਹੈ ਜਿਹੜਾ ਇਹ ਨੌਜਵਾਨਾਂ ਨੂੰ ਉਕਸਾਇਤ ਕਰ ਰਹੀ ਨੇ ਇਹ ਇਕੱਲੇ ਨਹੀਂ ਕਰ ਸਕਦੇ ਇਹਨਾਂ ਦੇ ਪਿੱਛੇ ਕੋਈ ਤਾਕਤ ਆ ਜਿਹੜੀ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨਾ ਚਾਹੁੰਦੀ ਆ ਪੰਜਾਬ ਦੀ ਨੌਜਵਾਨੀ ਨੂੰ ਦਾ ਸ਼ਿਕਾਰ ਖਿਡਣਾ ਚਾਹੁੰਦੀ ਆ ਹੁਣ ਸਾਡੀਆਂ ਦਸਤਾਰਾਂ ਲਾਉਣਗੇ ਤੇ ਕਾਨੂੰ ਇਹ ਕਿਸੇ ਨੂੰ ਅਕਸਾਹਿਤ ਕਰਨਗੇ ਕਿ ਸਿੱਖਾਂ ਦੀਆਂ ਕੁੜੀਆਂ ਫੜ ਲਓ ਸ਼ਰੀਆਮ ਫਿਰ ਅਸੀਂ ਕੀ ਕਰਾਂਗੇ ਸਾਡੀਆਂ ਕੁੜੀਆਂ ਦੀਆਂ ਚੁੰਨੀਆਂ ਵੀ ਜਿਹੜਾ ਸਿੱਖਾਂ ਦੀ ਉਹ ਫਲਾਨੀ ਦੀ ਕੁੜੀ ਦੀ ਚੁੰਨੀ ਲਾ ਕੇ ਲੈ ਕੇ ਆਊਗਾ ਉਹਨੂੰ ਅਸੀਂ 10 ਲੱਖ ਰੁਪਈਆ ਨਾਮ ਦੇਵਾਂਗੇ ਕਿਹੜੀ ਕਿਹੜੀ ਪਾਲਸੀ ਹੈ ਜੀ ਇਹ ਇਹ ਸਾਡੇ ਪੰਜਾਬ ਦੇ ਯੂਥ ਨੂੰ ਸਾਡੇ ਪੰਜਾਬ ਦੇ ਕੱਲੇ-ਕੱਲੇ ਬੱਚੇ ਨੂੰ ਗੱਲ ਸਮਝ ਲੈਣੀ ਚਾਹੀਦੀ ਆ ਵੀ ਇਹਨਾਂ ਦੇ ਪਿੱਛੇ ਕੱਲਾ ਉਹ ਨਹੀਂ ਬੋਲਦਾ ਉਹਦੇ ਪਿੱਛੇ ਬਹੁਤ ਵੱਡੀਆਂ ਤਾਕਤਾਂ ਨੇ ਜਿਹੜੀਆਂ ਸਾਡੀ ਕੌਮ ਨੂੰ ਹੱਥ ਪਾਉਣਾ ਚਾਹੁੰਦੀਆਂ ਇਹਨਾਂ ਦੇ ਸਿਰਾਂ ਦੇ ਉੱਤੇ ਵੀ ਪੱਗ ਆਏ ਪੱਗ ਦੇ ਬਾਰੇ ਇਸ ਤਰ੍ਹਾਂ ਦੀ ਸਟੇਟਮੈਂਟ ਜਿਹਦੇ ਦਿੰਦੇ ਆ ਤੇ ਕੀ ਭਾਵ ਅਸੀਂ ਸਮਝਦੇ ਦੇਖੋ ਦਸਤਾਰ ਤਾਂ ਬਿਆੰਤ ਸੰਘ ਦੇ ਸਿਰ ਤੇ ਹੀ ਸੀਗੀ ਦਸਤਾਰ ਤਾਂ ਉੱਚੜ ਕੇ ਪੀਐਸ ਬਿਲ ਦੇ ਸਿਰ ਤੇ ਵੀ ਸੀਗੀ ਜਿਨੇ ਸਾਡੀ ਨੌਜਵਾਨੀ ਦਾ ਸ਼ਕਾਰ ਖੇਡਿਆ ਸੋ ਇਹ ਦਸਤਾਰ ਆ ਬਣ ਕੇ ਸਾਡੇ ਹੀ ਸਾਡੇ ਮਤਲਬ ਸਾਡੇ ਵਰਗਾ ਰੂਪ ਬਣਾ ਕੇ ਸਾਡੇ ਵਿੱਚ ਛੱਤੀ ਹੋਈ ਲੂਕ ਨਹੀਂ ਜਿਹੜੀ ਸਰਦਾਰ ਸੰਦੀਪ ਸਿੰਘ ਮਾਂਡੀ ਸਟੇਟਮੈਂਟ ਆ ਉਹ ਕਿਸੇ ਪੱਤਰਕਾਰ ਦੇ ਜਿਹੜਾ ਕਿ ਸਵਾਲ ਦਾ ਜਵਾਬ ਸੀਗੀ ਉਹਦੀ ਤੁਲਨਾ ਦੋ ਮੀਡੀਆ ਜਿਹੜਾ ਕਿਸੇ ਹੋਰ ਸਿੱਖਾ ਗਵਨ ਨੂੰ ਅੱਤਵਾਦੀ ਕਹਿੰਦਾ ਉਹਨੂੰ ਤੁਸੀਂ ਥੋੜਾ ਏ ਕਲੈਰੀਫਾਈ ਕਰ ਸਕਦੇ ਜੇ ਤੁਸੀਂ ਸੰਤਾਂ ਨੂੰ ਅੱਤਵਾਦੀ ਕਹਿੰਦੇ ਹੋ ਭਾਈ ਬਲਵਿੰਦਰ ਸਿੰਘ ਚਟਾਣਾ ਨੂੰ ਅੱਤਵਾਦੀ ਕਹਿੰਦੇ ਹੋ ਤੁਸੀਂ ਸਾਡੇ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਨੂੰ ਅੱਤਵਾਦੀ ਕਹਿੰਦੇ ਹੋ ਜੱਥੇਦਾਰ ਹਵਾਰਾ ਜੀ ਨੂੰ ਸਾਡੇ ਨੂੰ ਅੱਤਵਾਦੀ ਕਹਿੰਦੇ ਹੋ ਫਿਰ ਸੇਖ ਕਿਉਂ ਲੱਗਦਾ ਤੁਹਾਨੂੰ ਜੇ ਮਾਨ ਸਾਹਿਬ ਨੇ ਬਿਆਨ ਦਿੱਤਾ ਜਿਹੜਾ ਮੋਨ ਦਾਸ ਕਰਮਚੰਦ ਗਾਂਧੀ ਜਿਹਨੂੰ ਭਾਰਤੀ ਲੋਕ ਮਹਾਤਮਾ ਗਾਂਧੀ ਕਹਿ ਦਿੰਦੇ ਆ ਉਹਨੂੰ ਗੋਲੀ ਮਾਰਨ ਵਾਲੇ ਨਥੁਰਮ ਗੋਂਦਸੇ ਨੂੰ ਜਿਹੜਾ ਹੈਗਾ ਉਹ ਸੰਗੀ ਜਿਹੜੇ ਭਾਜਪਾ ਵਾਲੇ ਉਹ ਪੁੱਛਦੇ ਆ ਕਰ ਦਿੰਦੇ ਆ ਕਾਂਗਰਸੀਆਂ ਵਾਸਤੇ ਉਹਨਾਂ ਦੇ ਬਾਪ ਦਾ ਕੱਢ ਲਾ ਉਹੀ ਤਾਂ ਗੱਲ ਆ ਜੀ ਦੇਖੋ ਸਰਦਾਰ ਭਗਵੰਤ ਮਾਨ ਜੀ ਖੜਕੜ ਕਲਾਂ ਸੌ ਚੱਕਦੇ ਨੇ ਤੇ ਗੁਜਰਾਤ ਜਾ ਕੇ ਚਰਖਾ ਧਤੀ ਜਾਂਦੇ ਨੇ ਉੱਥੇ ਭਗਤ ਸਿੰਘ ਤੇ ਗੱਲ ਚਾਰਾ ਪਾਇਆ ਆ ਤੇ ਉੱਥੇ ਗੁਜਰਾਤ ਚ ਜਾ ਕੇ ਆਸ਼ਰਮ ਦੇ ਵਿੱਚ ਮੈਨੂੰ ਲੱਗਾ ਚਰਖਾ ਕੱਤੇ ਆਇਆ ਸ਼ਾਇਦ ਬੱਕਰੀ ਵੀ ਚੋਕੇ ਦੇਖ ਕੇ ਆਇਆ ਹੋਵੇ ਗਾਂਧੀ ਵਾਂਗੂ ਤੁਹਾਨੂੰ ਜੇ ਸਪਸ਼ਟ ਨਹੀਂ ਹੈ ਵੀ ਉਹਦਾ ਆਈਡਲ ਕੌਣ ਨਹੀਂ ਨਹੀਂ ਬਿਲਕੁਲ ਹੀ ਨਹੀਂ ਸਪਸ਼ਟ ਹੈਗਾ ਜੀ ਫਿਰ ਇਦਾਂ ਕਿਦਾਂ ਹੋ ਸਕਦਾ ਮੈਨੂੰ ਕੋਈ ਕਹੇ ਗਾਂਧੀ ਆਸ਼ਰਮ ਦੇ ਵਿੱਚ ਜਾ ਕੇ ਚਰਖਾ ਕੱਤ ਜਾਂ ਗਾਂਧੀ ਦੇ ਸਿਰ ਉਹਦੇ ਵਿੱਚ ਗਲਚ ਹਾਰਪਾ ਅਸੀਂ ਤਾਂ ਨਹੀਂ ਪਾਵਾਂਗੇ ਸਾਡੇ ਤਾਂ ਰਾਸ਼ਟਰਪਿਤਾ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਡੇ ਤਾਂ ਪਿਤਾ ਜੀ ਇੱਕ ਹੁੰਦਾ ਸੀ ਭਗਤ ਸਿੰਘ ਦਾ ਲੇਖ ਲਿਖੋ ਕਦੇ ਉੱਥੇ ਕਰਤਾਰ ਸਿੰਘ ਸਰਾਭੇ ਦਾ ਲੇਖ ਨਹੀਂ ਸੀ ਆਇਆ ਕਦੇ ਉੱਥੇ ਗਦਰੀਬਾਬਿਆਂ ਦਾ ਲੇਖ ਨਹੀਂ ਸੀ ਆਇਆ ਉਹ ਗਦਰੀਬਾਬੇ ਜਿਨ੍ਹਾਂ ਨੇ 47 ਦੀ ਜਿਹੜੀ ਇਹ ਆਜ਼ਾਦੀ ਜਿਹਨੂੰ ਅੱਜਕੱਲ ਕਿਹਾ ਜਾਂਦਾ ਹੈ ਇਹਦੇ ਵਾਸਤੇ ਬਹੁਤ ਵੱਡੀ ਕੱਲ ਦਾ ਕਾਲੀ ਅੰਗਰੇਜ਼ ਹਕੂਮਤ ਦਾ ਸਭ ਤੋਂ ਵੱਡਾ ਮੁਕਾਬਲਾ ਕੀਤਾ ਇਹ ਸਾਡੇ ਪੰਜਾਬ ਦੇ ਯੂਥ ਨੂੰ ਅਸੀਂ ਤਾਂ ਤੁਹਾਡੇ ਚੈਨਲ ਰਾਹੀਂ ਬੇਨਤੀਆਂ ਕਰਦੇ ਆਂ ਕਿ ਇਤਿਹਾਸ ਨਾਲ ਜੁੜੋ ਇਤਿਹਾਸ ਪੜੋ ਤੇ ਦੇਖੋ ਆਪ ਡਿਸਾਈਡ ਕਰੋ ਵੀ ਤੁਹਾਡੇ ਕੌਣ ਨਾਇਕ ਨੇ ਕੌਣ ਤੁਹਾਡੇ ਖਲ ਨਾਇਕ ਨੇ ਕਿਸੇ ਦੇ ਕਹਿਣ ਜਾਂ ਕਿਸੇ ਦੇ ਸੁਣ ਦੇ ਨਾਲ ਆਪਾਂ ਉਸ ਪਾਸੇ ਨੂੰ ਨਾ ਚਲੀਏ ਸੋ ਇਹ ਤਾਂ ਜੇ ਆਪਾਂ ਆਪਾਂ ਆਪਣੇ ਵਿਚਾਰ ਰੱਖਾਂਗੇ ਜੀ ਮੈਂ ਕਹੂੰਗਾ ਜੀ ਉਹ ਹੱਤਵਾਦੀ ਆ ਉਹ ਵੱਖ ਵਡੇਸ਼ ਭਗਤ ਆ ਇਹਦੇ ਨਾਲ ਨਹੀਂ ਗੱਲ ਹੋਣੀ ਆਪਾਂ ਇਤਿਹਾਸ ਤੇ ਕਿਤਾਬਾਂ ਬੜਕੇ ਉਹਦੇ ਵਿੱਚੋਂ ਖੋਜੀਏ ਵੀ ਅਸਲ ਕਹਾਣੀ ਹੈ ਕੀ ਅ ਪਿਛਲੇ ਦਿਨੀ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸਰਦਾਰ ਸਮਰਨਜੀਤ ਸਿੰਘ ਮਾਨ ਨੇ ਭਗਤ ਸਿੰਘ ਬਾਰੇ ਇੱਕ ਬਿਆਨ ਦਿੱਤਾ ਸਰਦਾਰ ਭਗਤ ਸਿੰਘ ਬਾਰੇ ਦਿੱਤੇ ਬਿਆਨ ਤੋਂ ਬਾਅਦ ਬਹੁਤ ਸਾਰੀ ਜਿਹੜੀ ਹੈਗੀ ਆ ਉਹ ਚਰਚਾ ਵੀ ਛੜੀ ਹੋਈ ਹੈ ਤਾ ਵਿਚਾਰਿਕ મતਪੇਦ ਹੋਣੇ ਕੋਈ ਬਹੁਤ ਹੀ ਅਜੀਬ ਜਾਂ ਕੋਈ ਅਨਹੋਣੀ ਨਹੀਂ ਗੀ ਲਗਾਤਾਰ ਜਿਹੜਾ ਹੈਗਾ ਉਹ ਕਬੀਲਿਆਂ ਦੇ ਵਿੱਚ ਕੌਮਾਂ ਦੇ ਵਿੱਚ ਕਮਿਊਨਿਟੀਜ਼ ਦੇ ਵਿੱਚ ਮੁਲਕਾਂ ਦੇ ਵਿੱਚ ਕਸਬਿਆਂ ਦੇ ਵਿੱਚ ਵਿਚਾਰਿਕ ਮਤਪੇਦ ਤੇ ਹੁੰਦੇ ਰਹਿੰਦੇ ਆ ਪਰ ਕਿਸੇ ਦੇ ਵਿਚਾਰਾਂ ਦੇ ਜਿਹੜਾ ਹੈਗਾ ਬਰਾਬਰ ਆਪਣੀ ਸਟੇਟਮੈਂਟ ਦੇ ਵਿੱਚ ਉਹਦੀ ਦਸਤਾਰ ਬਾਰੇ ਉਹਦੇ ਕੇਸਾਂ ਬਾਰੇ ਉਹਦੀ ਸ਼ਖਸੀਅਤ ਬਾਰੇ ਉਹਦੀ ਕੌਮ ਬਾਰੇ ਅ ਤਰਜੇ ਦੇ ਜਿਹੜਾ ਹੈਗਾ ਉਹ ਹੀਠੀ ਵਾਲੇ ਬਿਆਨ ਦੇ ਦੇਣੇ ਜਿਹੜੇ ਆ ਉਹ ਜਿਹੜੇ ਹੈਗੇ ਆ ਜਿੱਦਾਂ ਕਹੇ ਲੋ ਪੀ ਉਹ ਸੋਚ ਦਾ ਦਿਵਾਲੀ ਆਪਨ ਹੁੰਦਾ ਕੁਝ ਸਟੇਟਮੈਂਟਾਂ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਦਸਤਾਰ ਬਾਰੇ ਆਈਆਂ ਨੇ ਇਸ ਤਰ੍ਹਾਂ ਦੀਆਂ ਵੀ ਜਿਹੜੀਆਂ ਸਟੇਟਮੈਂਟ ਆਈਆਂ ਨੇ ਕਿ ਅਕਾਲੀ ਦਲ ਬਾਦਲ ਦੇ ਬੁਲਾਰੇ ਕਰਨਲ ਸਿੰਘ ਪੀ ਮੁਹੰਮਦ ਨੇ ਕਿਹਾ ਪੀ ਮਾਨ ਸਾਹਿਬ ਆਪਣਾ ਜਿਹੜਾ ਦਿਮਾਗੀ ਸੰਤੁਲਨ ਨਾ ਖੋ ਬੈਠੇ ਆ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਜਿਹੜਾ ਹੈਗਾ ਨੌਜਵਾਨ ਆਗੂ ਵਰਿੰਦਰ ਸਿੰਘ ਸੇਖੋ ਮੌਜੂਦ ਹੈ ਅਸੀਂ ਕੁਝ ਸਮਾਂ ਗੱਲਬਾਤ ਕਰਾਂਗੇ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੇਖੋ ਸਾਹਿਬ ਮਾਨ ਸਾਹਿਬ ਦਾ ਸਰਦਾਰ ਭਗਤ ਸਿੰਘ ਬਾਰੇ ਬਿਆਨ ਚਰਚਾ ਚੱਲ ਰਹੀ ਹੈਗੀ ਹੈ ਵੱਖ-ਵੱਖ ਵਿਚਾਰਾ ਹੈਗੀਆਂ ਨੇ ਬਹੁਤ ਸਾਰੇ ਭਗਤ ਸਿੰਘ ਨੂੰ ਮੰਨਣ ਵਾਲੇ ਨੌਜਵਾਨਾਂ ਜਿਹੜੇ ਲੋਕ ਆ ਉਹ ਉਹਨਾਂ ਦੇ ਪੱਖ 'ਚ ਖਲੋਤੇ ਬਹੁਤ ਸਾਰੇ ਮਾਨ ਸਾਹਿਬ ਦੇ ਪੱਖ 'ਚ ਖਲੋਤੇ ਆ ਬਿਆਨਬਾਜ਼ੀਆਂ ਕੋਸ਼ਾਈਆਂ ਨੇ ਕੱਲ ਜਸਵੰਤ ਪਾਟਾ ਨਾਮਕ ਵਿਅਕਤੀ ਦੀ ਸਰਦਾਰ ਸਾਹਿਬ ਦੀ ਪੱਗ ਬਾਰੇ ਬਿਆਨ ਅੱਜ ਪੀਰ ਮੁਹੰਮਦ ਦਾ ਉਹਨਾਂ ਦੇ ਜਿਹੜਾ ਹੈਗਾ ਕਹਿਣਾ ਪਈ ਇਹ ਤੇ ਦਿਮਾਗ ਹਿੱਲ ਚੁੱਕਾ ਇਸ ਦਾ ਦੀ ਸਟੇਟਮੈਂਟ ਕੀ ਸੋਚਦੇ ਹੋ ਤੁਸੀਂ ਦੇਖੋ ਜਿਹੜਾ ਜਸਵੰਤ ਪਾਟਾ ਦਾ ਨਾਮ ਦਾ ਬੰਦਾ ਹੈਗਾ ਵਾਓ ਇਹ ਉਹੀ ਲੋਕ ਨੇ ਜਿਨ੍ਹਾਂ ਨੇ 1984 ਤੋਂ ਲੈ ਕੇ 1995 ਤੱਕ ਟੌਟਗਿਰੀਆਂ ਕਰਕੇ ਸਾਡੇ ਸਿੱਖ ਮੁੰਡਿਆਂ ਦੀ ਜਿਹੜੀ ਨਸਲ ਕੁਸ਼ੀ ਕਰਾਈ ਸਾਡੇ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਏ ਇਹਨਾਂ ਲੋਕਾਂ ਨੂੰ ਦਸਤਾਰ ਦਾ ਤੇ ਕੌਮ ਦਾ ਦੇ ਇਹਤੇ ਦਰਦ ਜਾਂ ਕੌਮ ਦਾ ਕੀ ਕੁਰਬਾਨੀਆਂ ਦੇ ਕੇ ਦਸਤਾਰ ਸਾਨੂੰ ਮਿਲੀ ਆ ਇਹਨਾਂ ਲੋਕਾਂ ਨੂੰ ਕੀ ਪਤਾ ਜਿਨ੍ਹਾਂ ਨੇ ਹਮੇਸ਼ਾ ਸਟੇਟ ਦੇ ਪੱਖ ਦੇ ਵਿੱਚ ਭੁਗਤੇ ਨੇ ਜਾਂ ਟੌਟਗਿਰੀਆਂ ਕੀਤੀਆਂ ਨੇ ਜਾਂ ਪੰਜਾਬ ਦੇ ਮੁੰਡੇ ਇਹਨਾਂ ਨੇ ਸ਼ਹੀਦ ਕਰਵਾਏ ਨੇ ਸੋ ਮੈਨੂੰ ਲੱਗਦਾ ਇਹੋ ਜਿਹੇ ਜਿਹੜੇ ਟੌਟ ਸਰਕਾਰਾਂ ਦੇ ਛੱਡੇ ਹੋਏ ਨੇ ਇਹ ਸਿਰਫ ਪੰਜਾਬ ਦੇ ਵਿੱਚ ਇੱਕ ਅੱਗ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਉਹ ਕਹਿ ਕੀ ਰਿਹਾ ਉਹ ਕਹਿ ਰਿਹਾ ਕਿ ਮੈਂ ਨੌਜਵਾਨ ਨੂੰ ਕਹਿਣਾ ਕਿਸੇ ਨੂੰ ਨੌਜਵਾਨ ਜਾਵੇ ਨੌਜਵਾਨ ਸ਼ਬਦ ਉਹ ਵਰਤਦਾ ਉੱਥੇ ਜਿਉਂ ਚ ਇੰਨੀ ਜ਼ਰੂਰਤ ਸੀਗੀ ਫਿਰ ਉਹ ਆਪ ਚਲੇ ਜਾਂਦਾ ਆਪਣਾ ਮੁੰਡਾ ਲੈ ਕੇ ਆ ਜਾਂਦਾ ਸੋ ਇਹ ਜਿਹੜੀ ਦਸਤਾਰ ਆ ਇਹ ਦਸਤਾਰ ਕਿਸੇ ਨਿੱਜੀ ਬੰਦੇ ਦੀ ਨਹੀਂ ਹੈਗੀ ਇਸ ਕੌਮ ਦੀ ਦਸਤਾਰ ਆ ਚਾਹੇ ਕਿਸੇ ਦੀ ਵੀ ਹੋਵੇ ਚਾਹੇ ਸਾਡੇ ਦੁਸ਼ਮਣ ਸਾਡੇ ਵਿਚਾਰਕ ਮਤਭੇਦ ਹੋਣ ਕਿਸੇ ਨਾਲ ਉਹਦੀ ਦਸਤਾਰ ਨੂੰ ਕੋਈ ਹੱਤ ਲਾਵੀ ਐਦਾਂ ਕਿਦਾਂ ਲਾਦੂਗਾ ਕੋਈ ਪੰਜਾਬ ਦੇ ਵਿੱਚ ਸੋ ਇਹ ਟੌਟਾ ਨੂੰ ਅਸੀਂ ਚੈਲੰਜ ਕਰਦੇ ਹਾਂ ਕਿ ਤੁਸੀਂ ਪਹਿਲਾਂ ਵੀ ਪੰਜਾਬ ਦੀ ਨੌਜਵਾਨੀ ਦਾ ਘਾਣ ਕੀਤਾ ਪੁਲਿਸ ਨਾਲ ਟੌਟਗਿਰੀਆਂ ਕਰਕੇ ਤੇ ਤੁਸੀਂ ਹੁਣ ਨੌਜਵਾਨਾਂ ਨੂੰ ਗਲਤ ਰਸਤੇ ਪਾ ਰਹੇ ਹੋ ਇਹ ਬੜੀ ਮੰਦ ਭਾਗੀ ਆ ਕਿ ਇੱਕ ਉੱਠ ਕੇ 2 ਟਕੇ ਦਾ ਜਿਹੜਾ ਟਾਊਟ ਆ ਪੁਲਿਸ ਦਾ ਉੱਠ ਕੇ ਮਾਨ ਸਾਹਿਬ ਦੇ ਬਾਰੇ ਇਹੋ ਜਿਹਾ ਬਿਆਨ ਦੰਦਾ ਵਾ ਤੇ ਇੱਕ ਤੁਸੀਂ ਗੱਲ ਕੀਤੀ ਆ ਕਰਨੈਲ ਸਿੰਘ ਪੀਰ ਮੁਹੰਮਦ ਸਾਹਿਬ ਨੇ ਜਿਨ੍ਹਾਂ ਨੇ ਬਿਆਨ ਦਿੱਤਾ ਮੈਨੂੰ ਲੱਗਦਾ ਸਭ ਤੋਂ ਪਹਿਲਾਂ ਕਰਨੈਲ ਸਿੰਘ ਜੀ ਨੂੰ ਆਪਣਾ ਜਿਹੜਾ ਦਿਮਾਗੀ ਸੰਤੁਲਨ ਉਹ ਮੈਨੂੰ ਲੱਗਦਾ ਉਹਨਾਂ ਦਾ ਵਿਗੜ ਚੁੱਕਿਆ ਉਹਨੂੰ ਇਲਾਜ ਕਰਵਾ ਲੈਣਾ ਚਾਹੀਦਾ ਜਿਹੜਾ ਅੱਜ ਤੱਕ 60 ਸਾਲ ਦੀ ਉਮਰ ਤੱਕ ਅੱਜ ਤੱਕ ਆਪਣੇ ਆਪ ਨੂੰ ਸਟੂਡੈਂਟ ਫਾਊਂਡੇਸ਼ਨ ਦੇ ਪ੍ਰਧਾਨ ਦੱਸੀ ਜਾਂਦੇ ਨੇ ਉਹਨਾਂ ਨੂੰ ਸਟੂਡੈਂਟ ਦੀ ਡੈਫੀਨੇਸ਼ਨ ਇਹ ਨਹੀਂ ਪਤਾ ਕੀ ਹੁੰਦੀ ਆ ਕੋਈ 25 30 ਸਾਲ ਤੱਕ ਦਾ ਕੋਈ ਬੱਚਾ ਆਪਣਾ ਯੂਥ ਦਾ ਕੋਈ ਆਗੂ ਹੋਵੇ ਮੰਨ ਵੀ ਲਈਏ ਅੱਜ ਉਹ 60 ਸਾਲ ਤੱਕ ਆਪਣੇ ਆਪ ਨੂੰ ਉਸ ਦਾ ਪ੍ਰਧਾਨ ਦੱਸੀ ਜਾਂਦੇ ਨੇ ਮੈਨੂੰ ਲੱਗਦਾ ਕਿ ਉਹਨਾਂ ਨੂੰ ਆਪਣਾ ਪਹਿਲਾਂ ਇਲਾਜ ਕਰਵਾ ਲੈਣਾ ਚਾਹੀਦਾ ਜਿਹੜੀ ਧਿਰ ਦੇ ਨਾਲ ਅੱਜ ਉਹ ਖੜੇ ਨੇ ਪੰਜ ਵਾਰੀ ਮੁੱਖ ਮੰਤਰੀ ਬਣੇ ਨੇ ਬਾਦਲ ਪੰਜਾਬ ਦੇ ਤੇ ਹਰ ਮੁੱਖ ਮੰਤਰੀ ਬਣ ਤੇ ਉਹਨਾਂ ਦੇ ਕਾਂਡ ਹੋਇਆ ਚਾਹੇ ਨਰਨਕਾਰੀ ਕਾਂਡ ਹੋਇਆ ਚਾਹੇ ਨਕੂਦਰ ਕਾਂਡ ਹੋਇਆ ਚਾਹੇ ਲੁਧਿਆਣਾ ਕਾਂਡ ਹੋਇਆ ਚਾਹੇ ਗੁਰਦਾਸਪੁਰ ਕਾਂਡ ਹੋਇਆ ਚਾਹੇ ਬੇਬਲ ਕਲਾਂ ਕਾਂਡ ਹੋਇਆ ਤੁਸੀਂ ਤਾਂ ਕਾਂਡ ਕਰ ਕਰ ਕੇ ਕੌਮ ਦਾ ਉਦਕਾਨੇ ਹੁੰਦੇ ਨੇ ਇਹ ਉਹ ਸੱਪ ਨੇ ਜਿਹੜੀ ਕੌਮ ਦੀ ਬੁੱਕਲ ਚ ਬੈਠੇ ਰਹੇ ਨੇ ਭਾਜੀਪੀ ਤੇ ਆਰਐਸਐਸ ਦੇ ਥੱਲੇ ਲੱਗ ਕੇ ਸਾਡਾ ਅਕਾਲ ਤਖਸਾਲਬ ਦੇ ਜਿਹੜੇ ਹੁਕਮਨਾਮੇ ਨੇ ਨਾਗਪੁਰ ਤੋਂ ਬਾਦਲਾਂ ਦੇ ਘਰ ਪਹੁੰਚਦੇ ਨੇ ਬਾਦਲ ਫਿਰ ਅਕਾਲ ਤਖਸਾਲਬ ਦੇ ਜਥੇਦਾਰ ਨੂੰ ਦੰਦੇ ਨੇ ਇਸ ਤਰ੍ਹਾਂ ਹੀ ਸਾਡੀ ਆਜੀਪੀਸੀ ਆ ਜਿਹਦੇ ਟਰਸਟ ਬਣਾ ਕੇ ਇਹਨਾਂ ਨੇ ਸਾਰੇ ਦੀ ਸਾਰੀ ਜ਼ਮੀਨ ਆ ਜਿਹੜੀ ਆਪਣੇ ਜਿਹੜੇ ਚਿਹਤੇ ਨੇ ਉਹਨਾਂ ਨੂੰ ਦੇ ਦਿੱਤੀ ਆ ਭਾਵੇਂ ਕੀ ਉਹ ਬੰਦਾ ਕੀ ਬੋਲੇ ਜਿਹਨੇ ਕੌਮ ਐ ਸਾਰੀ ਖਾਲੀਆ ਆਰਐਸਐਸ ਦੇ ਹਵਾਲੇ ਕਰ ਦੁੱਤੀ ਆ ਇਹ ਸਾਰੇ ਦੇ ਸਾਰੇ ਜਿਹੜਾ ਬਾਦਲਦਾਲ ਇਹਨਾਂ ਨੂੰ ਆਪਣਾ ਦਿਮਾਗ ਕੀ ਜਿਹੜਾ ਇਲਾਜ ਕਰਵਾ ਲੈਣਾ ਚਾਹੀਦਾ ਤੇ ਆ ਕੇ ਸਾਡੇ ਨਾਲ ਖੁੱਲਕੇ ਜਿੱਥੇ ਮਰਜ਼ੀ ਡਿਬੇਟ ਕਰਨ ਕੌਮ ਦੇ ਜਿਹੜੇ ਮਰਜ਼ੀ ਮੁੱਦੇ ਤੇ ਗੱਲ ਕਰਨ ਤਾਂ ਪਹਿਲਾ ਜੇ 10 ਜਸਵੰਤ ਭਾਟਾ ਦੀ ਗੱਲ ਹੈਗੀ ਹਾਲਾਂਕਿ ਅੱਧੀ ਰਾਤ ਕਿਸੇ ਜਬਦਾ ਕਿਤੇ ਖੇਤਾਂ ਚੋਂ ਜਾਓ ਲਾਈਵ ਵੀ ਜਿਹੜਾ ਹੋ ਕੇ ਵੀਡੀਓ ਇੱਕ ਪਾਈ ਆ ਵੀ ਮੈਂ ਮਾਫੀ ਮੰਗਦਾ ਪਰ ਮਾਫੀ ਵੀ ਟੇਢੇ ਢੰਗ ਦੀ ਕਹਿੰਦੇ ਜੇ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚੀ ਆ ਤਾਂ ਦਸਤਾਰ ਕੱਲੇ ਸਿਮਰਜੀਤ ਸਿੰਘ ਮਾਂਡੀ ਨਹੀਂ ਥੋੜੇ ਸਿਰ ਤੇ ਵੀ ਹੈ ਮੇਰੇ ਸਿਰ ਤੇ ਵੀ ਹੈ ਉਹ ਕੈਪਟਨ ਅਮਰਿੰਦਰ ਸਿੰਘ ਤੇ ਵੀ ਹੈ ਪ੍ਰਕਾਸ਼ ਬਾਦਲ ਦੇ ਸਿਰ ਤੇ ਵੀ ਹੈਗੀ ਹੈ ਹੋਰਾਂ ਦੇ ਵੀ ਹੈਗੀ ਬੇਸ਼ੱਕ ਉਹਨਾਂ ਦੀ ਵਿਚਾਰਧਾਰਾ ਸਿੱਖਾਂ ਦੇ ਪੱਖ ਚ ਹੈ ਜਾਂ ਵਿਰੋਧ ਪਰ ਘਟ-ਘਟ ਪੱਗ ਤੇ ਉਹਨਾਂ ਨੇ ਗੁਰੂ ਪਾਤਸ਼ਾਹ ਦੀ ਬੰਨੀ ਦਾ ਨਾਮ ਦੇ ਨਾਲ ਉਹ ਸਿੰਘ ਵੀ ਲਾ ਲੈਂਦੇ ਲਗਾ ਕੇ ਜਿਹੜਾ ਜੁੱਤੀ ਮਾਰੂਗਾ ਇਹ ਸਾਨੂੰ ਸ਼ਬਦ ਬੋਲਦੇ ਵੀ ਸ਼ਰਮਿੰਦਗੀ ਜੀ ਆਉਂਦੀ ਵੀ ਕੌਮ ਦੇ ਲੀਡਰ ਬਾਰੇ ਤਾਂ ਕੀ ਲੱਗਦਾ ਵੀ ਮਗਰ ਜਸਵੰਤ ਭਾਟਾ ਦੇ ਮਗਰ ਕੋਈ ਪਾਲਿਸੀ ਹੈ ਕਿ ਜਿਹੜੀ ਇਸ ਤਰ੍ਹਾਂ ਦੀ ਮੰਨ ਲੋ ਜੇ ਕੋਈ ਸਿਰਫ ਰਿਆ ਜਾਂ ਕੋਈ ਨਸ਼ੇ ਦੇ ਵਿੱਚ ਜਿਹੜਾ ਕੋਈ ਜਿਹੜਾ ਕਿ ਗੁਲਤਾਨ ਨੌਜਵਾਨ ਜਾਂ ਕੋਈ ਕੋਈ ਵੀ ਕਿਸੇ ਤਰ੍ਹਾਂ ਦਾ ਇਸ ਤਰ੍ਹਾਂ ਦੀ ਸ਼ਰਾਰਤ ਕਰ ਦਿੰਦਾ ਤੇ ਪੰਜਾਬ ਦੇ ਵਿੱਚ ਜੇ ਕੋਈ ਹਾਲਾਤ ਵਿਗੜਦੇ ਨੇ ਤੇ ਜ਼ਿੰਮੇਵਾਰ ਕੌਣ ਹੈ ਬਿਲਕੁਲ ਜੀ ਜ਼ਿੰਮੇਵਾਰੀ ਲਾਣਾ ਹੋਊਗਾ ਮਾਨ ਸਾਹਿਬ ਨੇ ਲੋਕਾਂ ਚ ਵਿਚਰਨਾ ਹੈ ਲੋਕਾਂ ਦੀ ਬਿਲਕੁਲ ਬਿਲਕੁਲ ਦੇਖੋ ਮਾਨ ਸਾਹਿਬ ਕੋਈ ਵੀ ਜਿਹੜਾ ਬਿਆਨ ਦਿੰਦੇ ਨੇ ਜਾਂ ਉਹ ਕੌਮ ਦੀ ਗੱਲ ਕਰਦੇ ਨੇ ਸੋ ਇਹ ਲੋਕ ਇਹਨਾਂ ਨੂੰ ਮੈਂ ਪੁੱਛਣਾ ਚਾਹੁੰਨਾ ਜਿਹੜਾ ਇਹ ਨੌਜਵਾਨਾਂ ਨੂੰ ਉਕਸਾਹਿਤ ਕਰ ਰਹੇ ਨੇ ਇਹ ਇਕੱਲੇ ਨਹੀਂ ਕਰ ਸਕਦੇ ਇਹਨਾਂ ਦੇ ਪਿੱਛੇ ਕੋਈ ਤਾਕਤ ਆ ਜਿਹੜੀ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨਾ ਚਾਹੁੰਦੀ ਆ ਪੰਜਾਬ ਦੀ ਨੌਜਵਾਨੀ ਨੂੰ ਦਾ ਸ਼ਿਕਾਰ ਖੇਡਣਾ ਚਾਹੁੰਦੀ ਆ ਪਹਿਲਾਂ ਵੀ ਸ਼ਿਕਾਰ ਖੇਡਿਆ ਨਾ ਨੌਜਵਾਨੀ ਦਾ ਪਹਿਲਾਂ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਆਦਬੀਆਂ ਕਰਵਾ ਕੇ ਕਹਿੰਦੇ ਜੀ ਇਹ ਪਾਗਲ ਨੇ ਕਰਤੀ ਕਿਸੇ ਨੇ ਜਿਹਦਾ ਮੰਦਬੁੱਧੀ ਆ ਹੋਣ ਸਾਡੀਆਂ ਦਸਤਾਰਾਂ ਲਾਉਣਗੇ ਤੇ ਕੱਲ ਨੂੰ ਇਹ ਕਿਸੇ ਨੂੰ ਅਕਸਾਹੀਤ ਕਰਨਗੇ ਕਿ ਸਿੱਖਾਂ ਦੀਆਂ ਕੁੜੀਆਂ ਫੜ ਲਓ ਸ਼ਰਿਆਮ ਫਿਰ ਅਸੀਂ ਕੀ ਕਰਾਂਗੇ ਸਾਡੀਆਂ ਕੁੜੀਆਂ ਦੀਆਂ ਚੁੰਨੀਆਂ ਵੀ ਜਿਹੜਾ ਸਿੱਖਾਂ ਦੀ ਉਹ ਫਲਾਨੀ ਦੀ ਕੁੜੀ ਦੀ ਚੁੰਨੀ ਲਾ ਕੇ ਲੈ ਕੇ ਆਊਗਾ ਉਹਨੂੰ ਅਸੀਂ 10 ਲੱਖ ਰੁਪਈਆ ਨਾਮ ਦੇਵਾਂਗੇ ਕਿਹੜੀ ਕਿਹੜੀ ਪਾਲਸੀ ਆ ਜੀ ਇਹ ਇਹ ਸੈਂਟਰ ਦੀ ਪਾਲਸੀ ਆ ਆਰਐਸਐਸ ਦੀ ਪਾਲਸੀ ਆ ਇਹ ਸਾਡੇ ਪੰਜਾਬ ਦੇ ਵਿੱਚ ਜਿਹੜੀ ਲਾਗੂ ਕਰਕੇ ਸਾਡੇ ਪੰਜਾਬ ਦੀ ਨੌਜਵਾਨੀ ਨੂੰ ਪੁੱਠੇ ਰਾਹੇ ਲਾ ਕੇ ਸਾਡੀਆਂ ਚੁੰਨੀਆਂ ਤੇ ਸਾਡੀਆਂ ਪੱਗਾਂ ਸਿਰਾਂ ਤੋਂ ਲਾਉਣਾ ਚਾਹੁੰਦੇ ਨੇ ਇਹ ਸਾਡੇ ਪੰਜਾਬ ਦੇ ਯੂਥ ਨੂੰ ਸਾਡੇ ਪੰਜਾਬ ਦੇ ਕੱਲੇ-ਕੱਲੇ ਬੱਚੇ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਆ ਵੀ ਇਹਨਾਂ ਦੇ ਪਿੱਛੇ ਕੱਲਾ ਉਹ ਨਹੀਂ ਬੋਲਦਾ ਉਹਦਾ ਪਿੱਛੇ ਬਹੁਤ ਵੱਡੀਆਂ ਤਾਕਤਾਂ ਨੇ ਜਿਹੜੀਆਂ ਸਾਡੀ ਕੌਮ ਨੂੰ ਹੱਥ ਪਾਉਣਾ ਚਾਹੁੰਦੀਆਂ ਨੇ ਇੱਕ ਗੱਲ ਹੋਰ ਹੈ ਦਸਤਾਰ ਜਸਵਿੰਦਰ ਭਾਰਟਾ ਦੇ ਸਿਰ ਤੇ ਵੀ ਆ ਉਹਨੇ ਨਾਲ ਮਗਰ ਜਿਹੜਾ ਟੋਲਾ ਸੀ ਪੰਜ-ਛਤ ਬੰਦਿਆਂ ਦਾ ਇੱਕੋ ਅੰਚ ਗੋਲ ਦਸਤਾਰ ਵਾਲਾ ਸੀਗਾ ਮਤਲਬ ਦੋ-ਚਾਰ ਹੋਰ ਦਸਤਾਰਧਾਰੀ ਸੀਗੇ ਇਹਨਾਂ ਦੇ ਸਿਰਾਂ ਦੇ ਉੱਤੇ ਵੀ ਪੱਗ ਆ ਇਹ ਪੱਗ ਦੇ ਬਾਰੇ ਇਸ ਤਰ੍ਹਾਂ ਦੀ ਸਟੇਟਮੈਂਟ ਜਦੋਂ ਦਿੰਦੇ ਆ ਤੇ ਕੀ ਭਾਵ ਅਸੀਂ ਸਮਝ ਦੇਖੋ ਦਸਤਾਰ ਤਾਂ ਬਿਆਨਤ ਸਿੰਘ ਦੇ ਸਿਰ ਤੇ ਵੀ ਸੀਗੀ ਦਸਤਾਰ ਤਾਂ ਬੁੱਚੜ ਕੇ ਪੀਐਸ ਗਿੱਲ ਦੇ ਸਿਰ ਤੇ ਵੀ ਸੀਗੀ ਜਿਨ੍ਹਾਂ ਨੇ ਸਾਡੀ ਨੌਜਵਾਨੀ ਦਾ ਸ਼ਿਕਾਰ ਖੇਡੇ ਸੋ ਇਹ ਦਸਤਾਰਾਂ ਬਨ ਕੇ ਸਾਡੇ ਹੀ ਸਾਡੇ ਮਤਲਬ ਸਾਡੇ ਵਰਗਾ ਰੂਪ ਬਣਾ ਕੇ ਸਾਡੇ ਵਿੱਚ ਛੱਡੀ ਹੋਈ ਲੋਕ ਨੇ ਇਹ ਇਹਨਾਂ ਦੀ ਜਿਹੜੀ ਪਾਲਿਸੀ ਆ ਜਿਹੜਾ ਇਹਨਾਂ ਦਾ ਅਜੰਡਾ ਜੋ ਇਹ ਕੁਝ ਕਰਨਾ ਚਾਹੁੰਦੇ ਨੇ ਉਹ ਸਾਰਾ ਕੁਝ ਹੁਣ ਜਨਤਕ ਹੋ ਚੁੱਕਿਆ ਜਿਵੇਂ ਕੇਪੀਐਸ ਗਿੱਲ ਦੇ ਦਸਤਾਰ ਬੰਨੀ ਹੋਈ ਸੀ ਸੋ ਉਹਨੇ ਸਾਡੇ ਨੌਜਵਾਨਾਂ ਦਾ ਸ਼ਿਕਾਰ ਖੇਡਿਆ ਬਿਆੰਤੀ ਨੇ ਖੇਡਿਆ ਸੋ ਉਹੀ ਕੈਟਾਗਰੀ ਦੇ ਵਿੱਚੋਂ ਇਹ ਲੋਕ ਨੇ ਤਾਂ ਇੱਕ ਹੋਰ ਹੈ ਜਿੱਦਾਂ ਲਗਾਤਾਰ ਜਿਹੜੀ ਹੈਗੀ ਹੈ ਜਦੋਂ 47 ਦੀ ਜਿਹੜੀ ਹੈਗੀ ਵੰਡ ਹੋਈ ਬਜ਼ੁਰਗੋਂ ਨੂੰ ਰੌਲਾ ਕਹਿੰਦੇ ਰਹੇ ਆ ਫਿਰ ਉਜਾੜਾ ਵੀ ਕਹਿੰਦੇ ਰਹੇ ਆ ਔਰ ਅੱਜਕੱਲ ਜਿਹੜਾ ਕੋਈ ਸ਼ਬਦ ਨਵੇਂ ਨਕੋਰ ਆ ਕੇ ਕਹਿੰਦੇ ਜੀ ਆਜ਼ਾਦੀ ਦਿਹਾੜਾ ਉਸ ਵੰਡ ਤੋਂ ਪਹਿਲਾਂ ਬਹੁਤ ਸਾਰੀਆਂ ਜਾਨਾਂ ਗਈਆਂ ਬਹੁਤ ਸਾਰੇ ਲੋਕਾਂ ਨੇ ਜਿਹੜਾ ਹੈਗਾ ਆਪਣਾ ਯੋਗਦਾਨ ਦਿੱਤਾ ਤਾਂ ਪੰਜਾਬ ਦੇ ਬਹੁਤ ਸਾਰੇ ਲੋਕ ਜਿਹੜੇ ਆ ਭਗਤ ਸਿੰਘ ਨੂੰ ਜਿਹੜਾ ਹੈਗਾ ਸਤਿਕਾਰ ਦਿੰਦੇ ਨੇ ਜੇ ਕਿੰਨੇ ਕਿਤੇ ਲਾ ਲਈਏ ਜਿਹੜੀ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਸਟੇਟਮੈਂਟ ਆ ਉਹ ਕਿਸੇ ਪੱਤਰਕਾਰ ਦੇ ਜਿਹੜਾ ਕਿ ਸਵਾਲ ਦਾ ਜਵਾਬ ਸੀਗੀ ਉਹਦੀ ਤੁਲਨਾ ਜਦੋਂ ਮੀਡੀਆ ਜਿਹੜਾ ਕਿਸੇ ਹੋਰ ਸਿੱਖਾ ਗੁਰੂ ਨੂੰ ਅੱਤਵਾਦੀ ਕਹਿੰਦਾ ਉਹਨੂੰ ਤੁਸੀਂ ਥੋੜਾ ਇਹ ਕਲੈਰੀਫਾਈ ਕਰ ਸਕਦੇ ਹੋ ਦੇਖੋ ਭਗਤ ਸਿੰਘ ਨੂੰ ਕੋਈ ਵੀ ਸ਼ਹੀਦ ਮੰਨਦਾ ਮੰਨੀ ਜਾਵੇ ਪਰ ਇੱਕ ਗੱਲ ਇੱਥੇ ਖੜੀ ਹੋ ਜਾਂਦੀ ਆ ਕਿ ਬਿੱਟੂ ਵਰਗੇ ਲੋਕ ਉੱਠ ਕੇ ਭਾਈ ਬਲਵਿੰਦਰ ਸਿੰਘ ਜਟਾਣਾ ਨੂੰ ਅੱਤਵਾਦੀ ਦੱਸਦੇ ਨੇ ਤੇ ਬਿੱਟੂ ਵਰਗੇ ਲੋਕ ਉੱਠ ਕੇ ਸੰਤ ਚਰਨਜੀਤ ਸਿੰਘ ਖਾਸਾ ਜੀ ਭਿੰਡਰਾ ਵਾਲਿਆਂ ਨੂੰ ਅੱਤਵਾਦੀ ਦੱਸਦੇ ਨੇ ਤੇ ਇਹੀ ਬਾਦਲ ਟੋਲਾ ਝਾੜੂ ਟੋਲਾ ਜਿਹੜਾ ਦਿੱਲੀ ਬੈਠਾ ਸੰਤਾਂ ਨੂੰ ਭਸਮਸੁਰ ਦੈਂਤ ਦੱਸਦਾ ਹੁਣ ਉਥੇ ਕਨਸੈਪਟ ਕੀ ਆ ਭਾਈ ਬਲਵਿੰਦਰ ਸਿੰਘ ਜਟਾਣਾ ਜੀ ਕੌਣ ਸੀਗੇ ਉਹਨਾਂ ਨੇ ਪੰਜਾਬ ਨੂੰ ਬਚਾਉਣ ਦੇ ਲਈ ਪੰਜਾਬ ਦਾ ਪਾਣੀ ਬਚਾਉਣ ਦੇ ਲਈ ਪੰਜਾਬ ਦੀ ਨੌਜਵਾਨੀ ਸਾਡੇ ਤੇ ਜਿਹੜੇ ਲੋਕ ਨੇ ਉਹਨਾਂ ਨੇ ਆ ਕੇ ਭਾਰੂ ਹੋਏ ਸੈਂਟਰ ਗਵਰਨਮੈਂਟ ਸਾਡਾ ਪਾਣੀ ਲੁੱਟ ਰਹੇ ਸੀ ਸਾਡੀ ਨੌਜਵਾਨੀ ਦਾ ਸ਼ਿਕਾਰ ਖੇਡ ਰਹੇ ਸੀ ਉਹਨਾਂ ਦਾ ਟਾਕਰਾ ਕਰ ਲਈ ਉਹਨਾਂ ਨੇ ਸ਼ਹਾਹਤਾਂ ਦਿੱਤੀਆਂ ਨੇ ਫਿਰ ਉਹ ਅੱਤਵਾਦੀ ਕਿਵੇਂ ਹੋ ਗਏ ਬਾਈ ਫਿਰ ਸੰਤ ਜਰਨੈਲ ਸਿੰਘ ਖਾਸਾ ਜੀ ਪਿੰਡਾਂ ਵਾਲੇ ਜਿਨ੍ਹਾਂ ਦੀਆਂ ਜਿਨ੍ਹਾਂ ਨੇ ਮੰਗਾਂ ਰੱਖੀਆਂ 18 ਆਨੰਦਪੁਰ ਸਾਹਿਬ ਦੇ ਮੱਤੇ ਦੇ ਰੂਪ ਦੇ ਵਿੱਚ ਜਿਦੇ ਵਿੱਚ ਪੰਜਾਬ ਦੇ ਪਾਣੀਆਂ ਦੀ ਗੱਲ ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ ਪਵਿੱਤਰ ਸ਼ਹਿਰ ਦਾ ਦਰਜਾ ਦਵਾਉਣ ਦੀ ਗੱਲ ਜਿਹੜੀ ਇੱਕ ਵੀ ਕੋਈ ਦੇਸ਼ ਵਿਰੋਧੀ ਨਹੀਂ ਕੋਈ ਦੇਸ਼ ਨੂੰ ਤੋੜਨ ਵਾਲੀ ਮੰਗ ਨਹੀਂ ਸੀ ਸਾਰੀਆਂ ਜੈਨੂਇਨ ਪੰਜਾਬ ਦੇ ਹੱਕਾਂ ਦੀਆਂ ਮੰਗਾਂ ਸੀਗੀਆਂ ਤੇ ਫਿਰ ਉਹ ਕਿਵੇਂ ਅੱਤਵਾਦੀ ਹੋ ਗਏ ਬਈ ਫਿਰ ਇਹ ਦੂਰਾ ਕਨਸੈਪਟ ਕਿਉਂ ਆ ਜੇ ਤੁਸੀਂ ਸੰਤਾਂ ਨੂੰ ਅੱਤਵਾਦੀ ਕਹਿੰਦੇ ਹੋ ਭਾਈ ਬਲਵਿੰਦਰ ਸਿੰਘ ਜਟਾਣਾ ਨੂੰ ਅੱਤਵਾਦੀ ਕਹਿੰਦੇ ਹੋ ਤੁਸੀਂ ਸਾਡੇ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਨੂੰ ਅੱਤਵਾਦੀ ਕਹਿੰਦੇ ਹੋ ਜੱਥੇਦਾਰ ਹਵਾਰਾ ਜੀ ਨੂੰ ਸਾਡੇ ਨੂੰ ਅੱਤਵਾਦੀ ਕਹਿੰਦੇ ਹੋ ਫਿਰ ਸੇਕ ਕਿਉਂ ਲੱਗਦਾ ਤੁਹਾਨੂੰ ਜੇ ਮਾਨ ਸਾਹਿਬ ਨੇ ਬਿਆਨ ਦਿੱਤਾ ਸੋ ਇਹ ਜਿਹੜੀ ਧਾਰਨਾ ਇਹ ਸਾਡੇ ਸ਼ਹੀਦ ਨੇ ਕੌਮ ਦੇ ਇਹ ਕੌਮ ਡਿਸਾਈਡ ਕਰਦੀ ਹੁੰਦੀ ਆ ਵੀ ਕੌਣ ਸਾਡੇ ਸ਼ਹੀਦ ਨੇ ਕੌਣ ਸਾਡੇ ਜਿਹੜੇ ਨਾਇਕ ਨੇ ਕੌਣ ਸਾਡੇ ਖਲ ਨਾਇਕ ਨੇ ਇਹ ਜਿਹੜਾ ਸਾਨੂੰ ਸ਼ੀਸ਼ਾ ਦਿਖਾਇਆ ਜਾ ਰਿਹਾ ਸੈਂਟਰ ਗਵਰਨਮੈਂਟ ਇੱਕ ਚੀਜ਼ ਪ੍ਰੋਸੀਜ ਹੋ ਰਹੀ ਆ ਸਾਡੇ ਮੂਰੇ ਵੀ ਆ ਅੱਤਵਾਦੀਆਂ ਦੀ ਲਿਸਟ ਆ ਆ ਦੇਸ਼ ਭਗਤਾਂ ਦੀ ਲਿਸਟ ਆ ਪਰ ਕੌਮ ਥੋੜੀ ਮਨਜ਼ੂਰ ਕਰ ਲੂਗੀ ਕੌਮ ਤਾਂ ਉਹਦਾ ਇਤਿਹਾਸ ਪੜੂਗੀ ਵੀ ਕਿਹੜੇ ਸਾਡੇ ਲਈ ਖੜੇ ਸੀਗੇ ਕਿਹੜੇ ਸੈਂਟਰ ਦੇ ਪੱਖ ਚ ਖੜੇ ਸੀਗੇ ਸੋ ਗੱਲ ਇੰਨੀ ਹੋ ਆ ਬਿਲਕੁਲ ਗੱਲ ਥੋੜੀ ਜਿੱਦਾਂ ਮੰਨ ਲਓ ਜਿਹੜਾ ਮੋਨ ਦਾਸ ਕਰਮਚੰਦ ਗਾਂਧੀ ਜਿਹਨੂੰ ਭਾਰਤੀ ਲੋਕ ਮਹਾਤਮਾ ਗਾਂਧੀ ਕਹਿ ਦਿੰਦੇ ਆ ਉਹਨੂੰ ਗੋਲੀ ਮਾਰਨ ਵਾਲੇ ਨਥੁਰਮ ਗਵੰਸੇ ਨੂੰ ਜਿਹੜਾ ਹੈਗਾ ਉਹ ਸੰਗੀ ਜਿਹੜੇ ਭਾਜਪਾ ਵਾਲੇ ਉਹ ਪੂਜਦੇ ਆ ਸਤਿਕਾਰ ਦਿੰਦੇ ਆ ਕਾਂਗਰਸੀਆਂ ਵਾਸਤੇ ਉਹਨਾਂ ਦੇ ਬਾਪ ਦਾ ਕਤਲ ਲਾਓ ਤਾਂ ਇਹ ਇਸ ਤਰ੍ਹਾਂ ਹੀ ਹੋ ਗਿਆ ਕਿ ਕਮਿਊਨਿਟੀ ਨੇ ਉਹਨਾਂ ਨੇ ਉਹਨੂੰ ਸ਼ਹੀਦ ਜਿਹੜਾ ਨਿਰਧਾਰਤ ਕਰ ਲਿਆ ਸਾਡਾ ਸ਼ਹੀਦ ਹੈ ਉਹਨਾਂ ਵਾਸਤੇ ਵੱਤ ਵਾਦੀ ਹੈਗੀ ਉਹੀ ਤਾਂ ਗੱਲ ਆ ਜੀ ਦੇਖੋ ਸਰਦਾਰ ਭਗਵੰਤ ਮਾਨ ਜੀ ਖੜਕੜ ਕਲਾਂ ਸੌ ਚੱਕਦੇ ਨੇ ਤੇ ਗੁਜਰਾਤ ਜਾ ਕੇ ਚਰਖਾ ਕੱਤੀ ਜਾਂਦੇ ਨੇ ਨਹੀਂ ਨਹੀਂ ਗਾਂਧੀ ਦੀ ਉਹੀ ਤਾਂ ਗੱਲ ਆ ਨਾ ਜੀ ਹੁਣ ਦੇਖੋ ਗਾਂਧੀ ਨੇ ਤਾਂ ਭਗਤ ਸਿੰਘ ਨੂੰ ਫਾਂਸੀ ਦਿਵਾਉਣ ਦੇ ਵਿੱਚ ਪੂਰਾ ਰੋਲ ਅਦਾ ਕੀਤਾ ਆਪਣਾ ਫਿਰ ਉੱਥੇ ਜਿਵੇਂ ਸਾਡੀਆਂ ਮਾਈਆਂ ਬੈਹ ਜਾਂਦੀਆਂ ਦੀਆਂ ਪੁਰਾਣੀਆਂ ਚਰਖਾ ਕੱਤਣ ਬੁੜੀਆਂ ਦੇ ਹੱਥ ਦੀਆਂ ਦੀਆਂ ਚੜਕਾਂ ਔਰਤਾਂ ਚਰਖਾ ਕੱਤਦੀਆਂ ਸੀ ਉੱਥੇ ਭਗਤ ਸਿੰਘ ਦੇ ਗਲ ਚ ਹਾਰ ਆ ਪਾਇਆ ਆ ਤੇ ਉੱਥੇ ਗੁਜਰਾਤ ਚ ਜਾ ਕੇ ਆਸ਼ਰਮ ਦੇ ਵਿੱਚ ਮਿਲਗਾ ਚਰਖਾ ਕੱਤੇ ਆ ਸ਼ਾਇਦ ਬੱਕਰੀ ਵੀ ਚੋ ਕੇ ਦੇਖ ਕੇ ਆਇਆ ਹੋਵੇ ਗਾਂਧੀ ਵਾਂਗੂ ਸੋ ਇਹ ਗੱਲਾਂ ਨੇ ਵੀ ਇਹ ਦੇਖੋ ਦੂਰਾ ਮਾਪ ਡਾਂਡਾ ਜਦਾ ਅਜੇ ਤੱਕ ਭਗਵੰਤ ਮਾਨ ਨਹੀਂ ਕਲੀਅਰ ਕਰ ਸਕੇ ਕਿ ਉਹ ਗਾਂਧੀ ਵਾਲੇ ਪਾਸੇ ਨੇ ਕਿ ਭਗਵੰਤ ਆਪਣੇ ਤੁਹਾਨੂੰ ਅਜੇ ਸਪਸ਼ਟ ਨਹੀਂ ਹੈ ਵੀ ਉਹਦਾ ਆਈਡਲ ਕੌਣ ਨਹੀਂ ਨਹੀਂ ਬਿਲਕੁਲ ਹੀ ਨਹੀਂ ਸਪਸ਼ਟ ਹੈਗਾ ਜੀ ਫਿਰ ਇਦਾਂ ਕਿਦਾਂ ਹੋ ਸਕਦਾ ਮੈਨੂੰ ਕੋਈ ਕਹੇ ਗਾਂਧੀ ਆਸ਼ਰਮ ਦੇ ਵਿੱਚ ਜਾ ਕੇ ਚਰਖਾ ਕੱਤ ਜਾਂ ਗਾਂਧੀ ਦੇ ਸਿਰ ਉਦੇ ਵਿੱਚ ਗਲ ਸਾਡੇ ਤਾਂ ਰਾਸ਼ਟਰਪਿਤਾ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਡੇ ਤਾਂ ਪਿਤਾ ਜੀ ਠੀਕ ਹੈ ਜੀ ਅਸੀਂ ਕਿਵੇਂ ਮੰਨ ਲਾਂਗੇ ਉਹਨਾਂ ਨੂੰ ਆਪਣਾ ਪਿਤਾ ਜੀ ਫਿਰ ਇਹੀ ਤਾਂ ਗੱਲ ਆ ਨਾ ਵੀ ਪਹਿਲਾਂ ਭਗਵੰਤ ਮਾਨ ਪੂਰੇ ਪੰਜਾਬ ਨੂੰ ਕਲੀਅਰ ਕਰਨ ਕੀ ਉਹ ਭਗਤ ਸਿੰਘ ਵਾਲੇ ਪਾਸੇ ਨੇ ਜਾਂ ਗਾਂਧੀ ਵਾਲੇ ਪਾਸੇ ਨੇ ਸੋ ਲੋਕਾਂ ਨੂੰ ਦੁਵਿਧਾ ਦੇ ਵਿੱਚ ਪਾਇਆ ਹੋਇਆ ਸੋ ਇਹ ਨਾ ਇੱਕ ਸਿਆਸੀ ਜਿਹੜੀ ਖੇਡ ਖੇਡੀ ਜਾ ਰਹੀ ਹੈ ਸਿਰਫ ਆਪਣਾ ਵੋਟ ਬੈਂਕ ਵਧਾਉਣ ਦੇ ਲਈ ਸਿਰਫ ਸੱਤਾ ਦੇ ਵਿੱਚ ਕਿਉਂਕਿ ਹੁਣ ਜਿਹੜੀ ਆਪਣੀ ਰਾਜਧਾਨੀ ਦੱਸਦੇ ਸੀਗੇ ਆਪ ਵਾਲੇ ਵੀ ਸਾਡੀ ਰਾਜਧਾਨੀ ਸੰਗਰੂਰ ਅੱਜ ਰਾਜਧਾਨੀ ਦੀਆਂ ਜੜਾਂ ਜਿਹੜੀਆਂ ਰਾਜਧਾਨੀ ਦੇ ਲੋਕਾਂ ਨੇ ਸੰਗਰੂਰ ਦੇ ਨੇ ਪੱਟ ਕੇ ਭਗਾ ਕੇ ਮਾਰੇ ਪਾਰਲੀਮੈਂਟ ਚੋਂ ਬਾਹਰ ਕੱਢ ਤੇ ਤੇ ਆਉਣ ਵਾਲੇ ਸਮੇਂ ਦੇ ਵਿੱਚੋਂ ਵਿਧਾਨ ਸਭਾ ਦੇ ਵਿੱਚੋਂ ਵੀ ਬਾਹਰ ਹੋਣਗੇ ਸੋ ਇਹ ਸਾਰੀ ਖੇਡ ਖੇਡੀ ਜਾ ਰਹੀ ਹੈ ਜੀ ਇੱਕ ਹੋਰ ਅਸੀਂ ਨਿੱਕੇ ਹੁੰਦੇ ਹੁੰਦੇ ਸੀਗੇ ਸਕੂਲ ਟਾਈਮ ਤੁਸੀਂ ਮੇਰੇ ਤੋਂ ਕੋਈ 1-2 ਸਾਲ ਵੱਡੇ ਹੋਵੋਗੇ ਉੱਥੇ ਇੱਕ ਹੁੰਦਾ ਸੀ ਭਗਤ ਸਿੰਘ ਦਾ ਲੇਖ ਲਿਖੋ ਕਦੇ ਉੱਥੇ ਕਰਤਾਰ ਸਿੰਘ ਸਰਾਭਾ ਦਾ ਲੇਖ ਨਹੀਂ ਸੀ ਆਇਆ ਕਦੇ ਉੱਥੇ ਗਦਰੀ ਬਾਬਿਆਂ ਦਾ ਲੇਖ ਨਹੀਂ ਸੀ ਆਇਆ ਉਹ ਗਦਰੀ ਬਾਬੇ ਜਿਨ੍ਹਾਂ ਨੇ 47 ਦੀ ਜਿਹੜੀ ਇਹ ਆਜ਼ਾਦੀ ਜਿਹਨੂੰ ਅੱਜ ਕੱਲ੍ਹ ਕਿਹਾ ਜਾਂਦਾ ਹੈ ਇਹਦੇ ਵਾਸਤੇ ਬਹੁਤ ਵੱਡੀ ਕੱਲ ਨਾ ਕਹੇ ਅੰਗਰੇਜ਼ ਹਕੂਮਤ ਦਾ ਸਭ ਤੋਂ ਵੱਡਾ ਮੁਕਾਬਲਾ ਕੀਤਾ ਤਾਂ ਕਰਤਾਰ ਸਿੰਘ ਜੀ ਸਰਾਭਾ ਸ਼ਹੀਦឧਦਮ ਸਿੰਘ ਨੇ ਦੇਖੋ 19 ਸਾਲ ਬਾਅਦ ਜਾ ਕੇ ਜਿਹੜਾ ਬਦਲਾ ਲਿਆ ਹੈਗਾ ਉਹਨਾਂ ਨੂੰ ਜਿਹੜਾ ਹੈਗਾ ਰਾਸ਼ਟਰੀ ਸਮਾਗਮ ਅਗਤ ਸਿੰਘ ਦੇ ਨਾਮ ਤੇ ਤਾਂ ਹੁੰਦੇ ਆ ਸਰਕਾਰ ਕਰ ਰਹੀ ਹੈ ਸ਼ਾਬਾਸ਼ੇ ਹੋਣੀ ਚਾਹੀਦੀ ਲੋਕ ਸਨਮਾਨ ਦਿੰਦੇ ਆ ਪਰ ਉਹਨਾਂ ਦੇ ਨਾਮ ਦੇ ਉੱਤੇ ਕਿਉਂ ਨਹੀਂ ਹੋ ਰਿਹਾ ਦੇਖੋ ਦੇਖੋ ਚੀੜੇ ਵੀ ਜੀਨੇ ਵੀ ਜੀ ਨੂੰ ਸ਼ਹੀਦ ਮੰਨਣਾ ਮੰਨ ਸਕਦਾ ਹੈ ਫ੍ਰੀडम ਆਪਣੀ ਆਪਣੀ ਆਜ਼ਾਦੀ ਆ ਵਿਚਾਰਾਂ ਦੀ ਆਜ਼ਾਦੀ ਆ ਸੋ ਕਰਤਾਰ ਸਿੰਘ ਸਰਾਬੇ ਦਾ ਇੱਕ ਤੁਸੀਂ ਇਤਿਹਾਸ ਜੇ ਪੜ੍ਹੇਂਗੇ ਉਹ ਨਾ ਉਹਦੇ ਵਿੱਚ ਬਹੁਤ ਇੱਕ ਕੁੰਡੀਆਂ ਫਸੀਆਂ ਹੋਈਆਂ ਨੇ ਜਿਹੜੀਆਂ ਸੈਂਟਰ ਗਵਰਨਮੈਂਟ ਨੂੰ ਪਸੰਦ ਨਹੀਂ ਹੈਗੀਆਂ ਪਹਿਲੀ ਕੁੰਡੀ ਇਹ ਆ ਕਿ ਕਰਤਾਰ ਸਿੰਘ ਸਰਾਬਾ ਦੇਸ਼ ਪੰਜਾਬ ਆਜ਼ਾਦ ਕਰਵਾਉਣ ਲਈ ਤੁਰਿਆ ਦੇਸ਼ ਪੰਜਾਬ ਤੇ ਤੁਹਾਡੇ ਬੱਚੇ ਤੁਹਾਨੂੰ ਪੁੱਛਣਗੇ ਕਿ ਦੇਸ਼ ਪੰਜਾਬ ਕੋਈ ਅਲੱਗ ਦੇਸ਼ ਸੀਗਾ ਠੀਕ ਆ ਜੀ ਸੋ ਕਰਤਾਰ ਸਿੰਘ ਸਰਾਬੇ ਦਾ ਬਹੁਤ ਵੱਡਾ ਇੱਕ ਯੋਗਦਾਨ ਆ ਬਹੁਤ ਵੱਡੀ ਕੁਰਬਾਨੀ ਆ ਜਿਨ੍ਹਾਂ ਨੇ ਅਮਰੀਕਾ ਤੋਂ ਲੈ ਕੇ ਪੂਰੇ ਇੱਥੇ ਪੰਜਾਬ ਤੱਕ ਜਦੋਂ ਜੱਜ ਨੇ ਉਹਦੀ ਸਟੇਟਮੈਂਟ ਵੀ ਲਿਖੀ ਆ ਨਾ ਫਾਂਸੀ ਦੀ ਕਹਿੰਦੇ ਵੀ ਮੇਰਾ ਜੀ ਨਹੀਂ ਕਰਦਾ ਵੀ ਮੈਂ ਇਹਨਾਂ ਨੂੰ ਫਾਂਸੀ ਦੀ ਸਜ਼ਾ ਦੇਵਾਂ ਪਰ ਅਮਰੀਕਾ ਤੋਂ ਲੈ ਕੇ ਪੂਰੇ ਪੰਜਾਬ ਤੱਕ ਇਹੋ ਜਿਹਾ ਕਿਹੜਾ ਦੇਸ਼ ਆ ਜੀ ਕਿਹੜਾ ਟਾਪੂ ਆ ਜਿੱਥੇ ਕਰਤਾਰ ਸਿੰਘ ਸਰਾਭਾ ਨੇ ਸਾਡੀ ਅੰਗਰੇਜ਼ੀ ਹਕੂਮਤ ਦੇ ਖਿਲਾਫ ਸਾਦ ਸ਼ਨਾਹ ਰਚੀ ਹੋਵੇ ਭਾਵ ਇੱਕ ਛੋਟੀ ਜੀ ਉਮਰ ਦੇ ਵਿੱਚ ਏਡੀਆਂ ਮੱਲਾਂ ਮਾਰੀਆਂ ਪਰ ਕਿੱਥੇ ਗਿਆ ਬਾਈ ਅੱਜ ਸਾਡਾ ਸਰਾਭਾ ਕਿੱਥੇ ਚਲੇ ਗਿਆ ਕਿੱਥੇ ਗਿਆ ਉਦਮ ਸਿੰਘ ਸੋ ਇਹ ਚੀਜ਼ਾਂ ਨੇ ਸਾਡੇ ਪੰਜਾਬ ਦੇ ਯੂਥ ਨੂੰ ਅਸੀਂ ਤਾਂ ਤੁਹਾਡੇ ਚੈਨਲ ਰਾਹੀਂ ਬੇਨਤੀਆਂ ਕਰਦੇ ਆਂ ਕਿ ਇਤਿਹਾਸ ਨਾਲ ਜੁੜੋ ਤੇ ਆਸ ਪੜੋ ਤੇ ਦੇਖੋ ਆਪ ਡਿਸਾਈਡ ਕਰੋ ਵੀ ਤੁਹਾਡੇ ਕੌਣ ਨਾਇਕ ਨੇ ਕੌਣ ਤੁਹਾਡੇ ਖਲ ਨਾਇਕ ਨੇ ਕਿਸੇ ਦੇ ਕਹਿਣ ਜਾਂ ਕਿਸੇ ਦੇ ਸੁਣ ਦੇ ਨਾਲ ਆਪਾਂ ਉਸ ਪਾਸੇ ਨੂੰ ਨਾ ਚਲੀਏ ਸੋ ਇਹ ਤਾਂ ਜੇ ਆਪਾਂ ਆਪਾਂ ਆਪਣੇ ਵਿਚਾਰ ਰੱਖਾਂਗੇ ਜੀ ਮੈਂ ਕਹੂੰਗਾ ਜੀ ਉਹ ਅੱਤਵਾਦੀ ਆ ਉਹ ਵਕ ਦੇਸ਼ ਭਗਤ ਆ ਇਹਦੇ ਨਾਲ ਨਹੀਂ ਗੱਲ ਹੋਣੀ ਆਪਾਂ ਇਤਿਹਾਸ ਤੇ ਕਿਤਾਬਾਂ ਪੜ੍ਹ ਕੇ ਉਹਦੇ ਵਿੱਚੋਂ ਖੋਜੀਏ ਵੀ ਅਸਲ ਕਹਾਣੀ ਹੈ ਕੀ ਆ ਆਪਾਂ ਕਾਂਗਰਸ ਦਾ ਬਦਲ ਵੱਲ ਆ ਜਾਣੇ ਆ ਕਾਂਗਰਸ ਵੀ ਵਿਰੋਧ ਕਰ ਰਹੀ ਹੈ ਮਾਨ ਸਾਹਿਬ ਦੇ ਇਸ ਬਿਆਨ ਤੋਂ ਬਾਅਦ ਬਹੁਤ ਜ਼ਿਆਦਾ ਜਿੱਦਾਂ بڑا ਉਹਨਾਂ ਨੂੰ ਮੋਹ ਜਾਗ ਪਿਆ ਕੱਲ ਚੰਡੀਗੜ੍ਹ ਦੇ ਵਿੱਚ ਜਿਹੜਾ ਕਾਂਗਰਸ ਦੇ ਯੂਥ ਨੌਜਵਾਨੋਂ ਕੰਦੇਜੀ ਭਗਤ ਸਿੰਘ ਨੂੰ ਬੜਾ ਮਾੜਾ ਬੋਲਤਾ ਔਰ ਕਾਂਗਰਸ ਜਿਹੜੀ ਹੈਗੀ ਗਾਂਧੀ ਨੂੰ ਬੱਪੂ ਮੰਨਦੀ ਹੈ ਕਾਂਗਰਸ ਦੀ ਵਜ੍ਹਾ ਕਰਕੇ ਤੇ ਭਗਤ ਸਿੰਘ ਹੁਣ ਫਾਂਸੀ ਦੇਖੋ ਉਹਨਾਂ ਦਾ ਇੱਕ ਯੂਥ ਪ੍ਰਧਾਨ ਆ ਬਰਿੰਦਰ ਢਿੱਲੋਂ ਇੱਕ ਆ ਬਿੱਟੂ ਆ ਲੁਧਿਆਣੇ ਵਾਲਾ ਇਹ ਬੜਾ ਇਹਨਾਂ ਨੇ ਬੜਾ ਮਤਲਬ ਕਹਿਣ ਦਾ ਪੰਜਾਬੀ ਸ਼ਬਦਾਂ ਚ ਕਹਿੰਦੇ ਬੜਾ ਇਹਨਾਂ ਨੇ ਗੰਦ ਪਾਇਆ ਮੀਡੀਆ ਦੇ ਵਿੱਚ ਸੋ ਇਹਨਾਂ ਨੂੰ ਦੋ ਤਿੰਨ ਗੱਲਾਂ ਨੇ ਇਹ ਲੋਕਾਂ ਦੇ ਤਾਂ ਜਿਹੜੀ ਜਮਾਤ ਦੇ ਨਾਲ ਜੁੜੇ ਹੋਏ ਨੇ ਉਹਨਾਂ ਨੇ ਤਾਂ ਸਾਡੀ ਨਸਲ ਖੁਸ਼ੀ ਕੀਤੀ ਆ ਪੰਜਾਬ ਇੱਥੇ ਪੂਰੇ ਦੇਸ਼ ਦੇ ਵਿੱਚ ਅਕਾਲ ਤਖਤ ਸਾਹਿਬ ਤੇ ਹਮਲਾ ਕਰਤਾ ਬਿਆੰਤੀ ਨੇ 2.5 ਲੱਖ ਮੁੰਡਾ ਸਾਡਾ ਸ਼ਹੀਦ ਕਰਤਾ ਤੇ ਜਿਹੜੇ ਸਾਡੇ ਅੱਜ ਤੱਕ ਹਿੰਦੂ ਭਰਾਵਾਂ ਨੂੰ ਕਹਿੰਦੇ ਨੇ ਇੱਥੇ ਪੰਜਾਬ ਦੇ ਵਿੱਚੋਂ ਉਹ ਵੀ ਏਜੰਸੀਆਂ ਨੇ ਸਿੱਖ ਸੰਘਰਸ਼ ਨੂੰ ਨੌਜਵਾਨਾਂ ਨੂੰ ਖਾਰਕੂਆਂ ਨੂੰ ਬਦਨਾਮ ਕਰਨ ਦੇ ਲਈ ਆਪਣੀ ਸਿੱਖੀ ਭੇਜ ਦੇ ਵਿੱਚ ਬੰਦੇ ਛੱਡ ਕੇ ਉਹਨਾਂ ਦਾ ਜਿਹੜਾ ਕਤਲੇਆਮ ਕਰਵਾਇਆ ਉਸ ਤੋਂ ਬਾਅਦ ਰਜੀਵ ਗਾਂਧੀ ਨੇ ਸਿੱਖਾਂ ਦੀ ਵੋਟਰ ਸੂਚੀਆਂ ਲਈਆਂ ਦਿੱਲੀ ਦੇ ਵਿੱਚ ਘਰਾਂ ਦੀ ਨਿਸ਼ਾਨਦੇਹੀ ਕਰਾਈ ਇਹ ਬਰਿੰਦਰ ਢਿੱਲੋਂ ਬੋਲੇ ਉਹਨਾਂ ਬਾਰੇ ਕਰੇ ਗੱਲ ਆਪਣੇ ਸਿੱਖ ਜਿਹੜੇ ਸਾਡੇ ਗਲਾਂ 'ਚ ਟਾਇਰ ਪਾਏ ਨੇ ਉੱਥੇ ਸਾਡੇ ਦਿੱਲੀ ਦੇ ਵਿੱਚ ਉਹਨਾਂ ਬਾਰੇ ਕਿਉਂ ਨਹੀਂ ਗੱਲ ਕਰਦੇ ਸੋ ਇਹ ਨਾਲੇ 도ਗਲੇ ਬੰਦੇ ਨੇ ਇੱਕ ਪਾਸੇ ਗਾਂਧੀ ਨੂੰ ਬਾਪੂ ਕਹੀ ਜਾਂਦੇ ਨੇ ਦੂਜੇ ਪਾਸੇ ਭਗਤ ਸਿੰਘ ਵਾਲੇ ਪਾਸੇ ਚੱਲੀ ਜਾਂਦੇ ਨੇ ਸੋ ਇਹਨਾਂ ਨੂੰ ਪਹਿਲਾਂ ਇਹੀ ਨਹੀਂ ਪਤਾ ਸੀ ਜਾਣਾ ਕਿੱਥੇ ਆ ਇਹ ਲੋਕਾਂ ਨੂੰ ਅਜੇ ਤੱਕ ਇਹੀ ਕਲੀਅਰ ਨਹੀਂ ਹੋਇਆ ਸੋ ਇਹਨਾਂ ਦਾ ਕੰਮ ਆ ਸਿਰਫ ਸਿਆਸੀ ਰੂਟੀਆਂ ਸੇਕਣਾ ਜੀ ਅਸੀਂ ਤਾਂ ਸਿਆਸਤ ਦੇ ਵਿੱਚ ਆਪਣਾ ਵੋਟ ਬੈਂਕ ਤਕੜਾ ਕਰੀਏ ਸਸ ਅਸੀਂ ਕੀ ਲੈਣਾ ਗਾਂਧੀ ਬਾਪੂ ਤੋਂ ਅਸੀਂ ਕੀ ਲੈਣਾ ਦੂਜੇ ਤੀਜੇ ਤੋਂ ਸੋ ਇਹ ਸਾਰਾ ਇਹਨਾਂ ਦਾ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨ ਵਾਲੇ ਜਿਹੜੇ ਬਿਆਨ ਨੇ ਦੇਖੋ ਬਿੱਟੂ ਕਿਦਾਂ ਬਿਆਨ ਦਿੰਦਾ ਤੁਸੀਂ ਸੁਣੇ ਹੋ ਉਹਦੇ ਕਦੇ ਬਿਆਨ ਤੁਸੀਂ ਸੁਣਦੇ ਰਹੇ ਨਹੀਂ ਹੋਓਂ ਦੇਖੋ ਕਿਦਾਂ ਮਤਲਬ ਗਲਤ ਬੋਲ ਨੈਤ ਸਿੰਘ ਖਾਲਸਾ ਜੀ ਭੰਡਰਾ ਵਾਲਿਆਂ ਨੂੰ ਬੋਲਦਾ ਕਦੇ ਉਹ ਜਥੇਦਾਰ ਹਵਾਰਾ ਜੀ ਨੂੰ ਬੋਲਦਾ ਕਦੇ ਸਾਡੇ ਹੋਰ ਜਿਹੜੇ ਸ਼ਹੀਦ ਨੇ ਉਹਨਾਂ ਨੂੰ ਬੋਲਦਾ ਸੋ ਇਹ ਸਾਰੇ ਕਾਂਗਰਸੀਏ ਜਿਨ੍ਹਾਂ ਚ ਜ਼ੁਰਤ ਆ ਉਹ ਸੱਜਣ ਕੁਮਾਰ ਹੋ ਗਿਆ ਟਾਈਟਲਰ ਹੋ ਗਿਆ ਰਜੀਵ ਗਾਂਧੀ ਹੋ ਗਿਆ ਇੰਦਰਾ ਗਾਂਧੀ ਹੋ ਗਈ ਜਿਨ੍ਹਾਂ ਦੇ ਪੁੱਤ ਲਾਇਏ ਹੋ ਨੇ ਇਹਨਾਂ ਨੇ ਦਫ਼ਤਰਾਂ ਦੇ ਵਿੱਚ ਕਾਤਲਾਂ ਦੇ ਉਹ ਤਾਂ ਸਿਰੇ ਦੇ ਕਾਤਲ ਨੇ ਜਿਨ੍ਹਾਂ ਨੇ ਕੌਮ ਦਾ ਕਤਲ ਕੀਤਾ ਸੋ ਉਹਨਾਂ ਦੇ ਖਿਲਾਫ ਵੀ ਬੋਲ ਕੇ ਦਿਖਾਉਣਾ ਇਹ ਤਾਂ ਜਾਂਦੇ ਜਾਂਦੇ ਦੂਜੇ ਪਾਸੇ ਜਦੋਂ ਅੱਜ ਮੈਂ ਕਰਨੈਲ ਸਿੰਘ ਪੀਰ ਮੁਹੰਮਦ ਦਾ ਬਿਆਨ ਜਿਹੜਾ ਉਹਨਾਂ ਨੇ ਮਾਨ ਸਾਹਿਬ ਬਾਰੇ ਦਿੱਤਾ ਇੱਕ ਪ੍ਰਾਈਵੇਟ ਚੈਨਲ ਦੇ ਉੱਤੇ ਮੈਂ ਸੁਣ ਰਿਹਾ ਸੀ ਤਾਂ ਇੱਕ ਪਾਸੇ ਮੇਰੇ ਧਿਆਨ ਚ ਆਇਆ 2015 ਜਦੋਂ ਸਰਬੱਤ ਖਾਲਸਾ ਹੁੰਦਾ ਕਰਨੈਲ ਸਿੰਘ ਪੀਰ ਮੁਹੰਮਦ ਉਸ ਸਰਬੱਤ ਖਾਲਸਾ ਦਾ ਪ੍ਰਚਾਰ ਕਰ ਰਹੇ ਸੀਗੇ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਲੈ ਕੇ ਜਿਹੜਾ ਹੈਗਾ ਉਹ ਪੀਰ ਮੁਹੰਮਦ ਸਾਹਿਬ ਚੱਲਦੇ ਵੀ ਰਹੇ ਆ ਤਾਂ ਅਜੇ ਇਹ ਕੀ ਹੋ ਗਿਆ ਉਹਨਾਂ ਨੂੰ ਜਿਹੜਾ ਹੈਗਾ ਉਹ ਮਾਨ ਸਾਹਿਬ ਦੀ ਅਗਵਾਈ ਤੇ ਛੱਡਣੀ ਛੋਟੀ ਗੱਲ ਆ ਉਹ ਜਾ ਕੇ ਸਿੱਧਾ ਉਹਨਾਂ ਨੂੰ ਇਹੀ ਕਹਿਣ ਲੱਗ ਪਈ ਤੇ ਇਹਦਾ ਮਾਨਸਿਕ ਸੰਤੁਲਨ ਵਿਗੜ ਗਿਆ ਜੀ ਕਹਿੰਦੇ ਇਹਨੂੰ ਪੁਲਿਸ ਨੇ ਕੁੱਟਿਆ ਸੀਗਾ ਹੁਣ ਇਹਦਾ ਦਬਾਅ ਕੰਮ ਨਹੀਂ ਕਰਦਾ ਸਰਦਾਰ ਮਾਨ ਸਾਹਿਬ ਬੜੇ ਇੱਦਾਂ ਦੀ ਗੱਲ ਕਰਦੇ ਦੇਖੋ ਮੈਂ ਪਹਿਲਾਂ ਵੀ ਦੱਸ ਕੇ ਹਟਿਆ 13 April 1978 ਨੂੰ ਨਰਨਕਾਰੀ ਕਾਂਡ ਬਾਦਲ ਨੇ ਕਰਵਾਇਆ ਇੰਦਰਾ ਗਾਂਧੀ ਨੂੰ ਚਿੱਠੀਆਂ ਲਿਖ ਕੇ ਬਾਦਲ ਨੇ ਅਟੈਕ ਕਰਵਾਇਆ ਬਿਆੰਤ ਕੇਪੀਐਸ ਗਿੱਲ ਨੂੰ ਰਾਤ ਨੂੰ ਮੀਟਿੰਗਾਂ ਕਰਦਾ ਸੀ ਦਿਨੇ ਬਾਦਲ ਫਿਰ ਰਿਹਾ ਸੀ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦੇ ਭੋਗ ਤੇ ਤੇ ਰਾਤ ਨੂੰ ਕੇਪੀਐਸ ਨਾਲ ਗਿੱਲ ਨੂੰ ਮਿਲ ਕੇ ਅਗਲੀ ਲਿਸਟ ਦੇ ਰਿਹਾ ਸੀ ਵੀ ਕੱਲ ਨੂੰ ਤੇ ਆਹ ਮੁੰਡਿਆਂ ਨੂੰ ਮਾਰਨਾ ਸਿੱਖਾਂਦਿਆਂ ਨੂੰ ਠੀਕ ਆ ਜੀ ਉਸ ਤੋਂ ਬਾਅਦ ਲਗਾਤਾਰ ਜਿਹੜੀ ਐਸਵਾਈਐਲ ਦੀ ਜ਼ਮੀਨ ਆ ਉਹ ਦੇਵੀदयाल ਨੇ ਗਿਫਟ ਦਿੱਤਾ ਹਰਿਆਣੇ ਦੇ ਮੁੱਖ ਮੰਤਰੀ ਨੇ ਉਹ ਅਕਵਾਇਰ ਕੀਤੀ ਬਾਦਲ ਨੇ ਕੀਤੀ ਸੋ ਮਾਨਸਿਕ ਸੰਤੁਲਨ ਬਾਦਲਾਂ ਦਾ ਖਰਾਬ ਹੋਇਆ ਹੋਇਆ ਜਿਨ੍ਹਾਂ ਨੇ ਕੌਮ ਦੀ ਪਿੱਠ ਛੁਰਾ ਮਾਰਿਆ ਬਾਈਬਲ ਕਲੱਚ ਗੋਲੀਆਂ ਚਲਾਤੀਆਂ ਸਭ ਤੋਂ ਵੱਡੀ ਗੱਲ ਬਾਈ ਜੀ ਤੁਸੀਂ ਬੈਠਿਓ ਮੈਂ ਬੈਠਾਂ ਆਪਣਾ ਪਿਤਾ ਜੀ ਘਰੇ ਨਾ ਆਵੇ ਸ਼ਾਮ ਤੱਕ ਆਪਾਂ ਲੱਭਦੇ ਫਿਰਦੇ ਆ 328 ਰੂਪ ਗੁਰੂ ਰਾਮਦਾਸ ਪ੍ਰਿੰਟਿੰਗ ਚੋਂ ਲਾਪਤਾ ਕਰ ਤੇ ਉਦੋਂ ਕਿੱਥੇ ਸੀਗਾ ਪੀਰ ਮੁਹੰਮਦ ਉਦੋਂ ਕਿਉਂ ਨਹੀਂ ਬੋਲਿਆ ਹੈਗਾ ਸੋ ਦਿਮਾਗੀ ਸੰਤੁਲਨ ਇਹਨਾਂ ਦਾ ਵਿਗੜਿਆ ਹੋਇਆ ਬਾਕੀ ਇਹ ਕੁਰਸੀ ਤੇ ਭੁੱਖੇ ਲੋਕ ਨੇ ਇਹਨਾਂ ਨੂੰ ਇਹ ਸੀਗਾ ਵੀ ਇਸ ਵਾਰ ਅਸੀਂ ਬਾਦਲਾਂ ਵਾਸੇ ਚਲੇ ਜਾਈਏ ਸ਼ਾਇਦ ਬਾਦਲਾਂ ਦੇ ਵਿੱਚ ਅੱਗ ਕੋਈ ਐਮਐਲਐਸ਼ਪਾ ਸਾਨੂੰ ਕੋਈ ਚੇਅਰਮੈਨ ਨਹੀਂ ਮਿਲ ਜੂਗੀ ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਇਹੋ ਜਿਹਾ ਇਹਨਾਂ ਨੂੰ ਸਰਾਪ ਪਿਆ ਕਿ ਅੱਜ ਇਹਨਾਂ ਦਾ ਬੂਰੀ ਬਿਸਤਰਾ ਬਿਲਕੁਲ ਪੰਜਾਬ ਦੇ ਵਿੱਚੋਂ ਗੋਲ ਹੋ ਚੁੱਕਿਆ ਤੁਹਾਡੇ ਚੈਨਲ ਦੇ ਜ਼ਰੀਏ ਮੈਂ ਬੇਨਤੀ ਕਰਦਾ ਪੀਰ ਮਾਮਤ ਜੀ ਦਿਮਾਗੀ ਸੰਤੁਲਨ ਸੁਖਵੀਰ ਬਾਦਲ ਤੇ ਪ੍ਰਕਾਸ਼ ਬਾਦਲ ਦਾ ਦੋਹਾਂ ਦਾ ਖਰਾਬ ਹੋਇਆ ਵਿੱਚੇ ਤੁਹਾਡਾ ਚੈੱਕ ਕਰਵਾਓ ਜਿਨ੍ਹਾਂ ਨੇ ਕੌਮ ਦੇ ਪਿੱਠ 'ਚ ਛੁਰਾ ਮਾਰਿਆ ਤਾਂ ਅਸੀਂ ਕੋਸ਼ਿਸ਼ ਕਰਾਂਗੇ ਕਰਨਲ ਸਿੰਘ ਪੀਰ ਮੁਹੰਮਦ ਦੇ ਨਾਲ ਵੀ ਜਿਹੜੀ ਉਹਨਾਂ ਦੀ ਇਸ ਸਟੇਟਮੈਂਟ ਤੋਂ ਬਾਅਦ ਗੱਲਬਾਤ ਕਰਨ ਦੀ ਵੀ ਆਖਿਰ ਕਿਉਂ ਜਿਹੜਾ ਹੈਗਾ ਉਹੀ ਕਰਨਲ ਸਿੰਘ ਪੀਰ ਮੁਹੰਮਦ ਜਿਹੜੇ ਕੁਝ ਸਾਲ ਪਹਿਲਾਂ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਕੌਮ ਦਾ ਵੱਡਾ ਮਹਾਨ ਆਗੂ ਜਥੇਦਾਰ ਕਹਿ ਕੇ ਸਨਮਾਨ ਦੇ ਸੀ ਅੱਜ ਉਹਨਾਂ ਨੂੰ ਕਿਉਂ ਇੰਜ ਜਾਪ ਰਿਹਾ ਵੀ ਮਾਨ ਸਾਹਿਬ ਦਾ ਜਿਹੜਾ ਭਗਤ ਸਿੰਘ ਬਾਰੇ ਬਿਆਨ ਆ ਉਹ ਤਾਂ ਦਿੱਤਾ ਗਿਆ ਕਿ ਮਾਨ ਸਾਹਿਬ ਦੇ ਕਹਿੰਦੇ ਤਸ਼ੱਦਦ ਬਹੁਤ ਹੋਇਆ ਉਹਨਾਂ ਦਾ ਦਿਮਾਗ ਜਿਹੜਾ ਠੀਕ ਕੰਮ ਨਹੀਂ ਕਰਦਾ ਇਸ ਤਰ੍ਹਾਂ ਦਾ ਜਿਹੜਾ ਬੇਹੁੱਦਾ ਜਿਹਾ ਬਿਆਨ ਜਿਹੜਾ ਹੈ ਉਹ ਕਰਨਲ ਸਿੰਘ ਪੀਰ ਮੁਹੰਮਦ ਨੇ ਦਿੱ ਗੁਵਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਮਕਟ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖਦੇ ਰਹੋ ਪੰਜਾਬ ਕੇ ਟੀਵੀ ਯੂਕੇ ਵੀਡੀਓ ਜਰਨਲਿਸਟ ਅਰਸ਼ਪਿੰਦਰ ਸਿੰਘ ਨਾਲ ਜਸਵੀਰ ਸਿੰਘ ਧੰਨਵਾਦ